मोहाली पुलिस वालों मैचा ते सट्टा लगाउन वाले अंतरराजी गिरोह दे 9 मेंबर काबू। 6.5 लाख रुपए नगद, लैपटॉप, मोबाइल फोन अते होर समान बरामद। मोहाली पुलिस ने दड़ा सट्टा लगाउन अते कंप्यूटर ते जुआ खिडाउन वाले एक अंतरराजी गिरोह दे 9 व्यक्ति नूं काबू करके उन्हां दे कब्जे तो 6.5 लाख रुपए नगद, वक्त कंपनियां दे 20 मोबाइल फोन अते एक लैपटॉप समेत होर समान बरामद किया गया है। इस संबंधी जानकारी दिंदिया SP सिटी हरविंदर सिंह वीरक अते DSP सिटी 1 गुरशेर सिंह ने इत्थे पत्रकार सम्मेलन दौरान दसिया कि इन्हां व्यक्तियां नूं थाना मटौर दे SHO मनफूल सिंह दी अगवाई विच पुलिस पार्टी वल्लों फेज 3A दे एक मकान विच छापेमारी करके कंप्यूटर ते जुआ खेडदे रंगे हत्थी काबू किया गया। उन्हां दसिया ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਦੇ ਖਿਲਾਫ਼ ਜਿਹੜੀ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋਂ ਮੁਹਿੰਮ ਲਗਾਤਾਰ ਜਿਹੜੀ ਸਾਡੀ ਚੱਲਦੀ ਰਹਿੰਦੀ ਆ, ਉਸੇ ਲੜੀ ਦੇ ਤਹਿਤ ਸਾਡੇ ਮਾਣਯੋਗ SSP ਸ੍ਰੀ ਸਤਿੰਦਰ ਸਿੰਘ IPS SSP ਮੋਹਾਲੀ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਅਤੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਕੰਮ ਕਰਦੇ ਹੋਏ ਸਾਡੇ ਥਾਣਾ ਮਟੌਰ ਦੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ। ਇਸ ਦੇ ਤਹਿਤ ਜਿਹੜੀ ਹੈਗੀ ਹੈ, ਕੱਲ੍ਹ 17 ਜੁਲਾਈ ਨੂੰ ਸਾਡੇ ਇੰਸਪੈਕਟਰ ਮਨਫੂਲ ਸਿੰਘ ਜੋ SHO ਮਟੌਰ SHO ਮਟੌਰ ਦੇ SHO SI ਬਲਜੀਤ ਕੌਰ ਜਿਹੜੇ ਸਾਡੇ ਥਾਣਾ ਮਟੌਰ ਦੇ ਵਿੱਚ ਬਤੌਰ ਸਰਪੰਚੀ ਤੈਨਾਤ ਨੇ, ਇਹਨਾਂ ਦੇ ਨਾਲ ਹੀ ਅਸੀਂ ਸੁਰਜੀਤ ਸਿੰਘ ਅਤੇ ਅਸੀਂ ਬਲਜੀਤ ਸਿੰਘ ਅਤੇ ਇਹਦੇ ਪੁਲਿਸ ਪਾਰਟੀ ਜਿਹੜੀ ਹੈਗੀ ਹੈ, ਇੱਕ ਸੀਕਰੇਟ ਇਨਫੋਰਮੇਸ਼ਨ ਆਉਂਦੀ ਹੈ ਕਿ 162 ਨੰਬਰ ਮਕਾਨ ਨੰਬਰ 162-3A ਦੇ ਵਿੱਚ ਮੋਹਾਲੀ ਦੇ ਵਿੱਚ ਫਸਟ ਫਲੋਰ ਦੇ ਉੱਪਰ ਕੁਛ ਜਿਹੜੀ ਹੈਗੀ ਹੈ ਕਿ ਗੈਂਬਲਿੰਗ ਉੱਥੇ ਜਿਹੜੀ ਹੈਗੀ ਕਾਰਵਾਈ ਚੱਲ ਰਹੀ ਹੈ, ਕੁਛ ਲੋਕ ਦੜਾ ਸੱਡਾ ਉੱਥੇ ਲਾ ਰਹੇ ਨੇ ਜਿਹੜੇ ਔਨਲਾਈਨ ਉਹਨਾਂ ਦੇ ਕੋਲ ਡਿਵਾਈਸਿਸ ਹੈਗੇ ਨੇ ਅਤੇ ਜੇ ਰੇਡ ਕੀਤੀ ਜਾਵੇ ਤਾਂ ਉੱਥੇ ਜਿਹੜੀ ਰਿਕਵਰੀ ਹੋ ਸਕਦੀ ਹੈ, ਜਿਸ ਦੇ ਤਹਿਤ ਜਿਹੜੀ ਪੁਲਿਸ ਪਾਰਟੀ ਤੁਰੰਤ ਉਹਦੇ ਹਰਕਤ ਦੇ ਵਿੱਚ ਆਉਂਦੇ ਹੋਏ ਐਕਟ ਕੀਤਾ। ਸਾਡੇ DSP ਸਿਟੀ 1 ਮਿਸਟਰ ਗੁਰਸ਼ੇਰ ਸਿੰਘ ਸੰਧੂ ਇਹਨਾਂ ਨਾਲ ਜਿਹੜੀ ਹੈਗੀ ਸੀ ਇਹਨਾਂ ਦੀ ਡਿਊਟੀ ਲਾਈ ਗਈ ਕਿ ਸਾਰੇ ਆਪਰੇਸ਼ਨ ਨੂੰ ਖੁਦ ਤਰੀਕੇ ਨਾਲ ਸੁਪਰਵਾਈਜ਼ ਕਰਨਾ, ਅਤੇ ਜਿਸ ਦੇ ਤਹਿਤ ਜਦੋਂ ਰੇਡ ਕੀਤਾ ਤਾਂ ਉਹਦੇ ਵਿੱਚ 9 ਦੋਸ਼ੀ ਆ ਜਿਹੜੇ ਅਸੀਂ ਦੜਾ ਸੱਟਾ ਲਾਉਂਦੇ ਹੋਏ ਰੱਖੇ ਅਸੀਂ ਜਿਹੜੇ ਅੱਗੇ ਉੱਥੇ ਕੰਮ, ਜਿਨ੍ਹਾਂ ਦੇ ਵਿੱਚ ਇੰਟਰਸਟਿੰਗ ਜਿਹੜੀ ਗੱਲ ਹੈਗੀ ਹੈ ਕਿ ਜਿਵੇਂ ਪਹਿਲਾਂ ਤੁਹਾਨੂੰ ਪਤਾ ਕਿ ਪਿੱਛੇ ਪੇਪਰ ਦੇ ਵਿੱਚ ਆਇਆ ਸੀ ਕਿ ਇੱਕ ਬਨੂੜ ਥਾਣਾ ਦੇ ਵਿੱਚ ਜਿਹੜਾ ਡਿਸਟ੍ਰਿਕਟ ਪਟਿਆਲਾ ਦਾ ਥਾਣਾ ਹੈਗਾ ਬਨੂੜ, ਉਹਦੇ ਵਿੱਚ ਇੱਕ ਮੈਰਿਜ ਪੈਲਸ ਦੇ ਵਿੱਚ ਇੱਕ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉੱਥੇ ਕਸੀਨੋ ਦੇ ਔਨਲਾਈਨ ਜਿਹੜੇ ਹੈਗੇ ਗੈਂਬਲਿੰਗ ਉੱਥੇ ਚੱਲ ਰਹੇ ਸੀ, ਉਹਦੇ 3 ਦੋਸ਼ੀ ਇਸ ਦੇ ਵਿੱਚ ਵੀ ਸ਼ਾਮਲ। ਜਿਹੜੇ ਉਹ 3 ਦੋਸ਼ੀ ਨੇ ਉਹਨਾਂ ਦੇ ਵਿੱਚ ਅਵਨਾਸ਼ ਚੰਦਰ ਜੀ ਕਪੂਰਥਲਾ ਰਹਿਣ ਵਾਲਾ ਹੈ, ਜਿਹੜਾ ਇਹ ਇੱਕ ਬਰੂਪ ਵਾਲੇ ਕੇਸ ਦੇ ਵਿੱਚ ਵੀ ਸ਼ਾਮਲ ਰਿਹਾ ਹੈ, ਜਿਹੜੇ ਡਾਈਸ ਦੇ ਨਾਲ ਦੜਾ ਸੱਟਾ ਖੇਡਦੇ ਹੈ ਉਹਦਾ ਇਹ ਜਿਹੜਾ ਹੈਗਾ ਮਾਸਟਰ ਹੈਗਾ, ਉਹਦੇ ਵਿੱਚ ਇਹਦੇ ਐਕਸਪਰਟ ਹੈ। ਇੱਕ ਪਿਤਾਂਬਰ ਭਾਟਾ ਹੈ ਜਿਹੜਾ ਬਟਾਲਾਣੇ ਦਾ ਰਹਿਣ ਵਾਲਾ ਹੈ, ਬਟਾਲਾਣੇ ਰਹਿੰਦਾ ਹੈ, ਉਹ ਵੀ ਜਿਹੜਾ ਬਰੂਪ ਵਾਲੇ ਕੇਸ ਦੇ ਵਿੱਚ ਵੀ ਸ਼ਾਮਲ ਸੀ, ਇੱਕ ਉਸ ਨੂੰ ਕੀਤਾ ਅਰੈਸਟ ਕੀਤਾ। ਇੱਕ ਇਸ਼ਾਨ ਕੋਲ ਜਿਹੜਾ ਹੈਗਾ ਇਹਦਾ ਚੌਲਾਂ ਦਾ ਵਪਾਰੀ ਹੈ, ਡੀਲਰ ਹੈ, ਕਰਨਾਲ ਦੇ ਵਿੱਚ ਇਹਦਾ ਜਿਹੜਾ ਹੈਗਾ ਕੰਮ ਹੈ, ਤਾਂ ਇਹ ਵੀ ਬਰੂਪ ਵਾਲੇ ਕੇਸ ਦੇ ਵਿੱਚ ਸ਼ਾਮਲ ਸੀ। 3 ਵਿਅਕਤੀ ਉਹਨੇ ਜਿਹੜੇ ਬਰੂਪ ਵਾਲੇ ਕੇਸ ਦੇ ਵਿੱਚ ਵੀ ਸ਼ਾਮਲ ਸੀ, ਇਹਨਾਂ ਤੋਂ ਇਲਾਵਾ ਜਿਹੜੇ ਮੌਕੇ ਤੋਂ ਅਰੈਸਟ ਕੀਤੇ ਹੈ 6 ਵਿਅਕਤੀ ਹੋਰ ਨੇ, ਜਿਨ੍ਹਾਂ 'ਚ ਇੱਕ ਗੰਭੀਰ ਕੁਮਾਰ, ਸੁਰਜੀਤ ਕੁਮਾਰ ਐਂਡ ਸੰਜੀਵ ਅਮਰ ਸਿੰਘ ਐਂਡ ਸੁਨੀਲ ਕੁਮਾਰ ਜਿਹੜੇ ਨਾਂ ਦੇ ਵਿਅਕਤੀ ਹੈਗੇ ਨੇ, ਇਹਨਾਂ ਨੂੰ ਅਸੀਂ ਮੌਕੇ ਦੇ ਉੱਤੇ ਅਰੈਸਟ ਕੀਤਾ। ਜਿਹੜੀ ਅਰੈਸਟ ਦੇ ਵਿੱਚ ਦੌਰਾਨੇ ਰੇਡ ਦੇ ਵਿੱਚ ਜਿਹੜੀ ਰਿਕਵਰੀ ਹੋਈ ਹੈ 6,50,000 ਰੁਪਈਆ ਦੀ ਜਿਹੜੀ ਨਗਦੀ ਹੈਗੀ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ, ਇਹਨਾਂ ਤੋਂ ਰਿਕਵਰੀ ਹੋਈ ਹੈ 20 ਤੇ ਜਿਹੜੇ ਹੈਗੇ ਨੇ ਇਹਨਾਂ ਤੋਂ ਮੋਬਾਈਲ ਫੋਨ, ਪਲੱਸ ਜਿਹੜੇ ਹੈਗੇ ਨੇ ਤੁਸੀਂ ਆਹ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਜਿਹੜੇ ਸਿਮ ਅਲੱਗ ਅਲੱਗ ਕੰਪਨੀਜ਼ ਦੇ ਮੋਬਾਈਲ ਹੈਗੇ ਨੇ ਸਰਵਿਸ ਪ੍ਰੋਵਾਈਡਰ ਤੋਂ ਇਹਨਾਂ ਨੇ ਲਏ ਹੋਏ ਨੇ ਸਿਮ ਅਤੇ ਉਹ ਲਏ ਆ। ਇੱਕ ਇਹਨਾਂ ਤੋਂ ਜਿਹੜਾ ਡੈੱਲ ਕੰਪਨੀ ਦਾ ਇੱਕ ਲੈਪਟੋਪ ਹੈ ਜਿਹਦੇ ਰਾਹੀਂ ਸਾਰੇ ਡਿਵਾਈਸਿਸ ਨੂੰ ਜਿਹੜੇ ਔਨਲਾਈਨ ਗੈਂਬਲਿੰਗ ਵਾਸਤੇ ਜਿਹੜੇ ਯੂਜ਼ ਕਰਦੇ ਸੀ, ਤਾਂ ਜਿਹੜਾ ਇਹ ਡਿਵਾਈਸ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਇੱਕ ਜਿਹੜਾ ਸੂਟਕੇਸ ਦੇ ਵਿੱਚ ਇਹਨਾਂ ਨੇ ਇੱਕ ਬਰੀਫਕੇਸ ਦੇ ਵਿੱਚ ਸਾਰੇ ਇਹਨੂੰ ਕੀਤਾ ਆ, ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇਹ ਔਰਗੇਨਾਈਜ਼ ਤਰੀਕੇ ਦੇ ਨਾਲ ਜਿਹੜਾ ਇਹਨੂੰ ਡਿਵਾਈਸ ਯੂਜ਼ ਕਰਕੇ ਅਲੱਗ ਅਲੱਗ ਕਾਲਸ ਇਹਦੇ ਉੱਤੇ ਲੈਂਡ ਕਰਦੀਆਂ ਨੇ, ਐਟ ਏ ਟਾਈਮ ਕਿੰਨੇ ਲੋਕਾਂ ਨੂੰ ਇਸ ਮਾਰਕ 'ਚ ਲੈ ਕੇ ਹੁੰਦੇ ਆ, ਤਾਂ ਇਹ ਕੀਤਾ ਹੈ। ਤਾਂ ਇਸ ਕਿ ਇਹ ਜਿਹੜੇ ਵੱਖ ਵੱਖ ਤਰੀਕੇ ਨਾਲ ਔਨਲਾਈਨ ਗੈਂਬਲਿੰਗ ਕਰਦੇ ਆ ਜਾਂ ਅੱਗੇ ਕਿਸ ਤਰੀਕੇ ਨਾਲ ਕ੍ਰਿਕਟ ਮੈਚ ਜਿਹੜੇ ਹੁੰਦੇ ਨੇ ਉਹਨਾਂ 'ਤੇ ਵੀ ਸੱਟਾ ਲਾਉਂਦੇ ਸੀ ਐਂਡ ਫਿਜ਼ੀਕਲੀ ਉੱਥੇ ਬੈਠ ਕੇ ਪ੍ਰੈਜੈਂਸ ਦੇ ਵਿੱਚ ਜਿਹੜੀ ਬੈਟਿੰਗ ਕਰਦੇ ਸੀ, ਤਾਂ ਇਹ ਸਾਰਾ ਜਿਹੜਾ ਹੈਗਾ ਤੁਹਾਡੇ ਸਾਹਮਣੇ। ਇਹਨਾਂ ਦੀ ਜਿਹੜੀ ਡਿਟੇਲ ਦੇ ਵਿੱਚ ਅਸੀਂ ਪੁੱਛਗਿੱਛ ਕਰ ਰਹੇ ਹਾਂ, ਉਹਨਾਂ ਤੋਂ ਸਾਨੂੰ ਹੋਰ ਵੀ ਜਿਹੜੀ ਇਹਦੇ ਵਿੱਚ ਉਮੀਦ ਹੈ ਕਿ ਹੋਰ ਵੀ ਖੁਲਾਸੇ। ਇਸੇ ਤਹਿਤ ਦੇ ਵਿੱਚ ਜਿਹੜੀ ਹੈਗੀ ਹੈ ਅਸੀਂ ਇੱਕ ਮੁਕੱਦਮਾ 147 ਨੰਬਰ ਮੁਕੱਦਮਾ 9 ਤਰੀਕ ਨੂੰ ਥਾਣਾ ਮਟੌਰ
दर्ज किया जिद 21 अंडर सैक्शन 21-22 जी हैगी है एन डी पी एस एक्ट के तहत असी जो मुकदमा दर्ज किया एक एकांत नाम के व्यक्ति को एक मनप्रीत कौर से एक जी खुशी नाम की कुड़ी हैगी मनप्रीत खुशी जी मनजोत खुशी है उन्होंने गिरफ्तार किया जिस उन्होंने तो भी रिकवरी भी जी है इंटॉक्सीकेंट टैबलेट्स भी हुई सी एंड प्लस उन्होंने एक जोड़ा है पिस्टल भी बरामद जो है देसी कट्टा भी उसको जी खुशी नाम की कुड़ी मनजोत कौर है वो तो एक पिस्टल भी बरामद किया जोड़ा है उन्होंने जी है हैरोइन जी पहला जी दूजी लड़की से वो हैरोइन की रिकवरी हुई तो यह तुम देख सकते हो कि ये जी समाज विरोधी अंसर के खिलाफ जी मुहिम चल रही है वो ये बड़ा सट्टा भी जोड़ा है क्योंकि तो सोशल एविल के तौर पर देखा जाता बहुत वही यदि हैगी है यही पैसे के नाल जे जे आप दड़ा सट्टा लाने हार के जाते हैं घर जाते हैं इन्हें जवाकों की इन्होंने अपन फीसा भर दी जवाकों के परिवारों के आपके बच्चों का हक खो के जोड़े है इस तरह के जोड़े क्रिमिनल है इस लत को पूरा करने वास्ते दरे सटे की लत को पूरा करने वास्ते जोड़ा क्राइम को अंजाम देते हैं एंड होर भी जोड़े इनोसेंट लोग ने जोड़े घर बैठे हुए दूर ने उन्होंने ऑनलाइन तरीके के नाल भी अपना जोड़ा शिकार पाते ये जी हैगी इन्हों की रेस्ट के नाल एक समाज के एक चंगा मैसेज जोड़ा जाना चाहिए एंड दैट इज द फैक्ट जो होना चाहिए एंड साडे वालों सख्त जोड़ा एक स्नेहा दिता जाता है पब्लिक के कि अगर कोई भी व्यक्ति जो समाज विरोधी इस तरीके से कोई कार्रवाई के गतिविधि शामिल है कोई ऑनलाइन गैम्बलिंग करवा रहा है ज ऑनलाइन दरे सटे के शामिल है ज किसी भी तरीके का जी है कोई भी होर गैर कानूनी धंधे के शामिल है उन्होंने सख्ती के नाल जोड़ा है अभी पेश आने हैं आवेंगे भी कितों भी तो ये सारे इस काम को जोड़े है दिख साहब ये कितनी देर तो ये इस कोठी से दड़े सट्टे का काम करते हूँ ये आया कि जी कोठी हैगी एक बबलू नाम का व्यक्ति है उदो तो इन्होंने किसी ने रेंट के उत्ते लई हुई है उसके अभी पूछगिछ कर रहे हैं कि पिछले जिसे करीब 20-25 दिन तो इन्हों का जो उ लगातार आना जाना से उदों तो उत्तर बैठ के कर रहे हैं हूँ इन्हों के क्योंकि सारी इन्हों की अच्छी पुलिस रिमांड इन्हों का जो पेश करके हासिल कर रहे हैं उस तो बाद डिटेल के इन्हों से पूछगिछ करा कि इस तो अलावा कितने कितने होर भी जाके अपना जो अड्डे इन्होंने बनाए हुए थे कितने कितने इस गली इस कोठी के खेलते हैं जितने होर जाके भी इन्हों का नैटवर्क की है इन्हों बैकग्राउंड के जोड़े है पिछले होर दोषी जोड़े है इन्हों के नाल कि हैं जे कि व्यक्ति टच है तो जिसे ये असं एक फाइनैशियल इन्वेस्टिगेशन करनी है कि ये सारे जोड़े विक्टम कि देख सकते हो कि जी साढ़े 6 लाख की जी है रिकवरी की है एंड इस तरीके देखो जो फोन आ रहा तो ये कौन बंदा ये कर रहा है कि असं इन्हों की इन्वेस्टिगेशन करा कितने बंदे विक्टिम आए हैं साढ़े को कल की एक दिन की जी रिकवरी हुई है वो 6.5 लाख की जी है रिकवरी की है बाकी यदि डिटेल के जो जावे कि विक्टम हो ये इन्हों की कॉल डिटेल चलावे किसू इन्ह ने मुढ़ली पुछगिछ किया इन्होंने ये भी दसिया भी क्रिकेट के उत्ते भी ये सट्टे का काम सट्टा लाते क्रिकेट क्रिकेट का जी है इन्होंने जो गैम्बलिंग करता है वह वास्ते सारे का वो एक आता नहीं कि आई करती ऑनलाइन थोड़े को डिवाइसिज है कितों भी किसी को कर सकते हैं कितने कितने इन्होंने किया इस अलावा तुम आ देख सकते हो कि जिन्होंने को कैश नहीं होंगे उन्होंने जो वाटर सिस्टम के राही भी ये दे देते इन्होंने चिप्स बनाईया हुई ने इस तरीके इशू करते जो किसी को पैसे नहीं होंगे तो एक्सचेंज करके भी करते इन्हों की बड़ा जोड़ा नैटवर्क है व्डा है कितों शुरू होंगे क्योंकि देखो ये पहला भी जोड़ा है उसे बनूड़ केस के भी शामिल से फिर भी ये जोड़े है परचा इन्हों के उपर FIR 9 नंबर मुकदमा 2021 जोड़ा है बनूड़ थाने के दर्ज होया जिद इन उपर गैम्बलिंग एक्ट के अलावा 420 APC प्लस इन्हों जी है सैक्शन 3 और 4 मॉरल ट्रैफिकिंग एक्ट के तहत भी इन्होंने परचा दर्ज होया उसे जोड़े है काफ़ी व्यक्ति अरैसट हुए थे मौके उत्ते ये 3 व्यक्ति उन्होंने भी शामिल से तो इन्होंने बाकी व्यक्तियों कितने कितने तार जुड़े हुए हैं की इन्हों का आपस में कनैक्शन है कितों कितों की इन्हों की इन्हों सोर्स क्योंकि ये देखने वाली गल है कि 4 व्यक्ति इन्होंने करनाल सिटी के रहने वाले जिन्होंने असी अरैसट किया एंड 2 इन्हों यमुनानगर के रहने वाले हैं एक जोड़ा है अबोहर का रह यमुनानगर के 2 व्यक्ति है एंड अबोहर का एक इस तरीके देखने वाली गल है कि करनाल तो हरियाणे तो वक् वक् थावों को आ के इन्होंने अपना जोड़ा है मोहाली डिस्ट्रिक्ट कितने कितने खेलते रहे हैं हूँ तक कितने कितने इन्होंने गैम्बलिंग रेडेवरेंस लगा रही थी
ਡੁੰਗਾਈ ਨਾਲ ਪ੍ਰਤਾਪ ਸ੍ਰੀ ਤੇ ਬਿਰਖ ਸਾਹਿਬ ਜੀ ਜੋ ਲੱਗਦਾ ਹੈ ਕਿ ਮਾਸਟਰਮਾਈਂਡ ਇਸ ਗੇਮ ਦਾ ਫੜਿਆ ਗਿਆ ਕਿ ਹਜੇ ਬਾਹਰ ਹੈ ਜੀ ਪੁਲਿਸ ਤੋਂ ਇੱਕ ਦੁਰਾਗਨਾ ਦਾ ਵਿਅਕਤੀ ਜਿਹੜਾ ਹੈਗਾ ਜਿਹੜਾ ਹੈਗਾ ਬਾਹਰ ਤੋਂ ਬਾਹਰ ਹੈਗਾ ਜਿਹੜੇ ਬਾਕੀ ਜਿਹੜੇ ਹੈਗੇ ਨੇ ਮਾਸਟਰਮਾਈਂਡ ਜਿਹੜੇ ਸਾਰੇ ਖੇਡਦੇ ਸੀ ਇਹਨਾਂ ਤੋਂ ਇਸ ਵਿਅਕਤੀ ਦਾ ਕਿੰਨਾ ਪਰਟੀਕੂਲਰ ਕਿੰਨਾ ਪਾਰਟ ਹੈ ਇਹਦੇ ਵਿੱਚ ਹੈ ਆਰਗੇਨਾਈਜ਼ਰ ਕੌਣ ਹੈ ਇੱਕ ਕਿਵੇਂ ਕਿਵੇਂ ਇਹਨਾਂ ਦੀ ਹੈਗੀ ਕੌਣ ਸਾਰਿਆਂ ਨੂੰ ਕਨੈਕਟ ਕਰਕੇ ਇੱਕ ਜਗ੍ਹਾ 'ਤੇ ਲੈ ਕੇ ਆਉਂਦਾ ਉਹ ਤੁਹਾਨੂੰ ਅਪਡੇਟ ਅਸੀਂ ਸ਼ੋਰਟਲੀ ਆਫਟਰ ਇਹਦਾ ਵੀ ਪ੍ਰੋਪਰ ਇੰਟੈਰੋਗੇਸ਼ਨ ਜਦੋਂ ਹੁੰਦੀ ਹੈ ਇਨਵੈਸਟੀਗੇਸ਼ਨ ਹੁੰਦੀ ਹੈ ਸਕਾਈ ਹੌਕ ਟਾਈਮਜ਼ ਦੀ ਰਿਪੋਰਟ।